हूँ मेरे नाल सरदार रणदीप सिंह संधु ने लोड सोल्यूशन तो। संधु साहब स्वागत तुहाडा, हैलो ट्रकिंग विद हरजीत सिंह गिल, सत श्री अकाल जी। सत श्री अकाल गिल साहब, सारी टीम नू मेरे वालों सत श्री अकाल। अच्छा भाई जी, लोड सोल्यूशन बारे पहले तो दसो, अपनी कंपनी कद शुरू हुई, किड्डा क फलीट है ते ऑपरेशन हॉल की करदे हो? असी लोड सोल्यूशन इंक शुरू हुई सी 2005 ਦੇ ਵਿੱਚ जी, तकरीबन 15 साल हो गए सानू ट्रकिंग करदे नू। ते मिक्सड फ्रेट, क्योंकि ओंटेरियो च कुछ ऑटो फ्रेट ऑटो पार्ट्स ज्यादा 30-40% ਉਹ ਕਰਦੇ ਆ, ਬਾਕੀ ਜਨਰਲ ਮਰਚੈਂਡਾਈਜ਼ ਜਿਹੜੇ ਆਪਣੇ ਫੂਡ ਤੇ ਫਾਰਮਾ ਵਗੈਰਾ ਉਹ ਹੌਲ ਕਰਦੇ। ਅੱਛਾ, ਸਤੰਬਰ 11 ਤੋਂ ਬਾਅਦ ਸਾਡਾ ਬਹੁਤ ਕੁਝ ਬਦਲਿਆ ਇੰਡਸਟਰੀ ਦਾ, ਲੋਕਾਂ ਦਾ 에ਅਰਪੋਰਟ ਤੇ ਜਾਣਾ ਬਦਲ ਗਿਆ। ਸਤੰਬਰ 11 ਤੋਂ ਬਾਅਦ ਵੀ ਵਰਸ ਕੇਸ ਸਿਨੈਰੀਓ ਦੇ ਵਿੱਚ ਆਪਾਂ ਬੈਠੇ ਆ, ਇਹ ਜਿਹੜਾ ਪੈਨਡੈਮਿਕ। ਮੈਨੂੰ ਪਤਾ ਹੈ ਫਾਸਟ ਵੇ ਤੁਹਾਡੇ ਜਿਹੜੇ ਨੇ, ਜਦ ਤੁਸੀਂ ਡਿਟਰੋਇਟ ਜਾਂਦੇ ਆ, ਮੁੰਡੇ ਜਾਂਦੇ ਆ, ਗਏ ਤੇ ਮੁੜੇ ਆਏ, ਉਹ ਸਮਾਂ ਉਹ ਸਾਰਾ ਕੁਛ ਉਸ ਤੋਂ ਬਾਅਦ ਸਤੰਬਰ 11 ਤੋਂ ਬਾਅਦ ਬਦਲ ਗਿਆ। ਇਸ ਨੇ ਜਿਹੜਾ ਜਿਹਦੇ ਵਿੱਚ ਦੀ ਹੁਣ ਲੰਘ ਰਹੇ ਆ, ਜਿਹੜਾ ਕੋਵਿਡ-19 ਆ ਜੀ, ਇਸ ਨੇ ਇੰਡਸਟਰੀ ਤੇ ਕੀ ਫਰਕ ਪਾਇਆ ਜੀ, ਜੇ ਮੈਂ ਕੱਲੀ ਤੁਹਾਡੀ ਗੱਲ ਕਰਾਂ ਲੋਡ ਸੋਲਿਊਸ਼ਨ ਦੀ? ਦੇਖੋ ਬ੍ਰਦਰ ਜੀ, ਇਹ ਕੋਵਿਡ ਦੇ ਆਉਣ ਤੋਂ ਪਹਿਲਾਂ ਵੀ ਇਹ ਬਹੁਤ ਬੁਰੀ ਤਰ੍ਹਾਂ ਫੀਲ ਹੁੰਦਾ ਸੀ, ਜਿਵੇਂ ਤੁਸੀਂ ਗੱਲ ਪਹਿਲਾਂ ਕਹਿ ਰਹੇ ਸੀ, ਮਸਕੀਰਾਂ ਖੱਡਾਂ, ਟਰੱਕਿੰਗ ਬਹੁਤ ਜ਼ਿਆਦਾ ਓਵਰ ਸਪਲਾਈਡ ਆ ਆਪਰੇਟਰਸ ਦੇ ਨਾਲ, ਤੇ ਉਹਦੇ ਕਰਕੇ ਜਿਹੜਾ ਬ੍ਰੋਕਰ ਆ ਜਾਂ ਜਿਹੜਾ ਜਿਹਦੇ ਕੋਲ ਫਰੇਟ ਆ ਉਹਦੇ ਹੱਥ 'ਚ ਗੇਮ ਆ, ਸਪਲਾਈ ਡਿਮਾਂਡ ਖਰਾਬ ਆ। ਕਹਿਣ ਦਾ ਮਤਲਬ ਵੀ ਆਪਾਂ ਜਿਹੜੀ ਡਿਮਾਂਡ ਘੱਟ ਆ, ਸਪਲਾਇਰ ਜਿਹੜੇ ਫਾਲ ਕਰਨ ਵਾਲੇ ਉਹ ਜ਼ਿਆਦਾ ਨੇ। ਸੋ ਇੱਕ ਮੇਰੇ ਹਿਸਾਬ ਨਾਲ ਤਾਂ ਕੋਵਿਡ ਇੱਕ ਤਰ੍ਹਾਂ ਦੀ ਬਲੈਸਿੰਗ ਹੀ ਆ, ਵੀ ਇਹਦੇ 'ਚ ਕਰੈਕਸ਼ਨ ਹੋਣੀ ਬਹੁਤ ਜ਼ਰੂਰੀ ਸੀ। ਆਪ ਪਹਿਲਾਂ ਕਿਹਾ, ਬਿਲਕੁਲ ਸਹੀ ਗੱਲ ਆ ਤੁਹਾਡੀ, ਤੇ ਜਦ ਤੱਕ ਇਹ 'ਚ ਕਰੈਕਸ਼ਨ ਨਹੀਂ ਹੁੰਦੀ ਤੇ ਸਾਨੂੰ ਇਹਨਾਂ ਨੇ ਕੱਲਿਆਂ ਕੱਲਿਆਂ ਨੂੰ ਭੁਲਾਈ ਜਾਣਾ ਸਾਰਿਆਂ ਨੇ। ਬਿਲਕੁਲ ਸੰਧੂ ਸਾਹਿਬ, ਦੁੱਖ ਹੋਇਆ, ਸ਼ਿਕਾਗੋ ਮੁੰਡਾ ਬੈਠਾ, ਸਰੀ ਦਾ ਲੋਡ 2200 ਮੀਲ, $2800, ਕੀ ਸੁੱਤੀ ਕੀ ਕੱਤੇ ਆ ਇਹਦੇ ਵਿੱਚ, ਕੀ ਕੀ ਕਰਾਂਗੇ ਕੀ ਤੁਸੀਂ? ਅੱਛਾ, ਜੇ ਕਰੈਕਸ਼ਨ ਦੀ ਗੱਲ ਕਰੀਏ ਸੰਧੂ ਸਾਹਿਬ, ਕਿੱਥੋਂ ਸ਼ੁਰੂ ਹੋਊਗਾ ਇਹ? ਐਕਚੁਅਲੀ ਜਦੋਂ ਜਿਹੜਾ ਨਾ 2 ਸਾਲ ਪਹਿਲਾਂ ਈ ਲੌਗ ਆਈ, ਉਦੋਂ ਈ ਲੌਗ ਦੇ ਨੇ ਬੇਸਿਕਲੀ ਆਪਾਂ ਜਿਹੜੇ ਆਪਣੀ ਕਪੈਸਿਟੀ, ਆਪਣੀ ਯੂਟੀਲਾਈਜੇਸ਼ਨ ਐਸੈਟ ਦੀ ਭਾਈ ਵੀ ਸਿੱਟੀ, ਜਿਹੜੀ ਪੇਪਰ ਲੌਗ ਆਲਮੋਸਟ ਸਾਰਾ ਜ਼ਮਾਨਾ ਹੀ ਮਤਲਬ ਕਿ ਪੇਪਰ ਲੌਗ ਦੇ ਕਰੈਕਸ਼ਨ ਕਰ ਕੰਮ ਚਲਾਈ ਜਾਣ, ਜਿਹੜੀ ਇਲੈਕਟ੍ਰੋਨਿਕ ਲੌਗ ਸੀ ਉਹਨੇ ਕਰੈਕਸ਼ਨ ਰੋਕ ਬੇਸਿਕਲੀ ਜੋ ਹੈ ਜੇ ਹੁਣ 11 ਘੰਟੇ ਦੀ ਮੇਰੇ ਕੋਲ ਡਰਾਈਵਿੰਗ ਹੈ ਤਾਂ ਉਹ 11 ਘੰਟੇ ਕਦੇ ਹਾਈਵੇ ਬੰਦ ਹੋ ਗਿਆ, ਕਦੇ ਸ਼ਿਪਰ ਨੇ ਟਾਈਮ ਵੇਸਟ ਕਰਤਾ, ਜਿਹੜੀਆਂ ਇਨਐਕੂਰੇਸੀਜ਼ ਨੇ ਉਹ ਸਾਰਾ ਭਾਰ ਘੁੰਮ ਕੇ ਡਰਾਈਵਰ ਤੇ, ਘੁੰਮ ਕੇ ਟਰੱਕ ਕੰਪਨੀ ਤੇ ਆ ਜਾਂਦਾ। ਸੋ ਉਹਦੇ ਕਰਕੇ, ਕਿਉਂਕਿ ਇੱਕਦਮ ਡਿਮਾਂਡ ਵੱਧ ਗਈ, ਟਰੱਕਾਂ ਦੀ ਹੋਰ ਲੋੜ ਪਈ ਤੇ ਓਵਰ ਸਪਲਾਈ ਹੋ ਗਈ ਟਰੱਕਾਂ 'ਚ। ਜਿਹੜੇ ਟਰੱਕਿੰਗ ਨਹੀਂ ਵੀ ਕਰਦੇ ਸੀ ਉਹਨਾਂ ਨੂੰ ਕੁਛ ਦੇਰ ਲੱਗਿਆ ਵੀ ਇਹ 'ਚ ਬਹੁਤ ਪੈਸਾ ਆ ਗਿਆ, ਇੱਕਦਮ ਫਲੀਟ ਵੱਡੀਆਂ ਹੋ ਗਈਆਂ, ਇੱਕਦਮ ਲੋਕਾਂ ਨੇ ਹੋਰ ਟਰੱਕ ਚੱਕ ਲਏ। ਉਹਦੇ ਕਰਕੇ ਹੁਣ ਇਸ ਸਿਚੁਏਸ਼ਨ 'ਚ ਆ ਕੇ ਉਹ ਜਿਹੜੀ ਟੈਂਪਰੇਰੀ ਡਿਮਾਂਡ ਸੀ, ਇੱਕ ਇਹਨਾਂ ਨੇ ਗਲਤੀ ਇਹ ਵੀ ਕੀਤੀ, ਜਦੋਂ ਇਹ ਇੰਟਰੋਡਿਊਸ ਕੀਤੀ ਲੌਗ ਉਦੋਂ ਵਿੰਟਰ ਟਾਈਮ ਸੀਗਾ, ਵਿੰਟਰ ਦੇ ਵਿੱਚ ਅੱਗੇ ਹੀ ਸਪਲਾਈ ਘੱਟ ਹੁੰਦੀ ਹੈ ਟਰੱਕਾਂ ਦੀ, ਕੁਛ ਜਿਹਨਾਂ ਨੂੰ ਸਨੋ ਬਰਡਸ ਆਪਾਂ ਕਹਿੰਦੇ ਹਾਂ, ਕੋਈ ਇੰਡੀਆ ਚਲਿਆ ਗਿਆ, ਕਿਤੇ ਇੰਗਲੈਂਡ ਚਲਿਆ ਗਿਆ, ਮਹੀਨਾ ਦੋ ਮਹੀਨਾ ਸਾਰੇ ਟਪਾ ਲੈਂਦੇ ਨੇ ਜਦੋਂ ਉਹਦੇ ਡਰਾਈਵਿੰਗ ਹਾਰਸ਼ ਹੁੰਦੀ ਹੈ ਜੀ ਜੀ, ਕਿਉਂਕਿ ਜੇ ਕਿਤੇ ਈ ਲੌਗ ਦੀ ਡਿਸਰਪਸ਼ਨ ਆ ਗਈ। ਉਦੋਂ ਬਾਅਦ ਇੱਕਦਮ ਫਰੇਟ ਰੀਸੈਟ ਹੋਇਆ, ਕੰਮ ਬਹੁਤ ਘਟ ਗਿਆ। ਹੁਣ ਕੋਵਿਡ ਦੇ ਆਏ ਤੋਂ ਤਾਂ ਬੇਰਲੀ ਐਸੈਂਸ਼ੀਅਲਸ ਤੇ ਰਹਿ ਗਿਆ ਹੈ ਨਾ, ਜਿਹੜਾ ਜ਼ਖਮ ਹੈ ਉਹ ਪੁਰਾਣਾ ਹੀ ਰਿਸਤਾ ਆ ਰਿਹਾ। ਸੰਧੂ ਸਾਹਿਬ, 2.5 ਲੱਖ ਦੀ ਯੂਨਿਟ ਮੈਂ ਲਈ ਬੈਠਾ, ਅੱਜ ਮੈਂ ਹੱਥ ਖੜੇ ਕਰਦਾ, ਮੈਨੂੰ ਪਤਾ ਲੱਗ ਗਿਆ ਵੀ ਇਹ ਕਿਰ ਗਿਆ, ਕਿਸੇ ਨੇ 1.25 ਲੱਖ ਵੀ ਨਹੀਂ ਦੇਣਾ, 5 ਮਹੀਨੇ ਪਹਿਲਾਂ ਮੈਂ ਲਈ ਬੈਠਾ। ਉਹ ਕਰੈਕਟ ਹੁਣ ਜਿਹੜਾ ਕਰਨਾ ਹੈ, ਕਰੈਕਸ਼ਨ ਕਿਵੇਂ ਕਰਨੀ ਹੈ, ਉਹ ਕਿਵੇਂ ਹੋ? ਕੋਈ ਰੂਲ ਆਫ ਥੰਬ ਹੈ, ਕੋਈ ਕੋਈ ਇਹੋ ਜਿਹਾ ਹੈ ਜਿਹੜਾ ਤੁਸੀਂ ਬੀਂਗ ਏ ਲੋਡ ਸੋਲਿਊਸ਼ਨ ਕਹੋ ਵੀ ਹੁਣ ਮੇਰੇ ਕੋਲ 100 ਟਰੱਕ ਹੈ, ਮੈਨੂੰ ਛਾਂਗਣੇ ਪੈਣੇ ਆ, ਮੈਨੂੰ ਇਹ 'ਚੋਂ 30 ਕੱਢਣੇ ਪੈਣੇ ਆ? ਉਹ 30 ਕੌਣ ਨੇ? ਮਤਲਬ ਹੁਣ ਇਹ ਬਿੱਲੀ ਦੇ ਗੱਲ ਟੱਲੀ ਕੌਣ ਬੰਨੂ? ਗੱਲ ਇੱਥੇ ਖੜੀ ਆ ਕੇ ਅਸੀਂ ਪਰਸਨਲੀ ਆਪ ਇੱਕ ਕੋਸ਼ਿਸ਼ ਕਰ ਰਹੇ ਹਾਂ ਹੁਣ ਟਰੱਕਿੰਗ ਨੂੰ ਕੰਸੋਲੀਡੇਟ ਕਰਨ ਦੀ।
ਕੰਸੋਲੀਡੇਸ਼ਨ ਵੀ ਕੋਈ ਈਜ਼ੀ ਪਾਰਟ ਨਹੀਂ ਹੈ, ਉਹਦੇ ਲਈ ਉਦੋਂ ਵੀ ਵੱਡਾ ਚੈੱਕ ਲਿਖਿਆ ਜਾਊ, ਉਹਦੇ ਲਈ ਇਨਵੈਸਟਰ ਚਾਹੀਦੇ ਨੇ ਤਾਂ ਕਿ ਆਪਾਂ ਇੱਕ ਦੂਜੇ ਦੀਆਂ ਐਫਰਟਸ ਤਾਂ ਬਹੁਤ ਲੋਕਾਂ ਨੇ ਕੀਤੇ ਇਕੱਠੇ ਹੋਣ ਦੇ ਲਈ, ਪਰ ਉਹ ਬਿੱਲੀ ਦੇ ਗੱਲ ਟੱਲੀ ਪਾਉਣ ਵਾਲੀ ਗੱਲ। ਸਭ ਤੋਂ ਪਹਿਲਾਂ ਹਰੇਕ ਨੇ ਆਪਦੇ ਆਪਦੇ ਮਨੋਰਥ ਨੂੰ, ਸਵਾਰਥ ਨੂੰ, ਬਿਜ਼ਨਸ ਆਫਟਰ ਆਲ ਉਹਦੇ ਨਾਲ ਜੁੜਨਾ ਹੈ ਨਾ, ਤੇ ਉਹ ਕਿਵੇਂ ਉਹਨਾਂ ਦਾ ਇੰਟਰਸਟ ਬੈਟਰ ਸਰਵ ਹੋਊਗਾ, ਉਹਦੇ ਲਈ ਪਹਿਲਾਂ ਚਾਹੀਦੇ ਨੇ ਪੈਸੇ ਅਪਰੰਤ। ਸੋ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਵੀ ਆਰ ਵਰਕਿੰਗ ਵਿਦ ਇਨਵੈਸਟਰਸ ਵੀ ਸਮ ਹਾਓ, ਵੀ ਜੇ ਆਪਾਂ ਸਾਰਿਆਂ ਨੂੰ ਈਜ਼ੀਅਰ ਵੇ ਆਫ ਲਾਈਫ ਦੇ ਸਕੀਏ ਜਾਂ ਬਹੁਤਿਆਂ ਨੂੰ ਜਿਹੜੇ ਨਾਲ ਜੁੜਦੇ ਨੇ, ਇਹ ਸਾਡੀ ਆਪਦੀ ਇੱਕ ਕੋਸ਼ਿਸ਼ ਹੈ। ਅਦਰਵਾਈਜ਼ ਜੇ ਆਪਾਂ ਕੁਛ ਨਹੀਂ ਕਰਦੇ ਤਾਂ ਇਹਦੇ ਵਿੱਚ ਦੇਰ ਇਜ਼ ਨੋ ਈਜ਼ੀ ਕਰੈਕਸ਼ਨ, ਮੈਨੂੰ ਲੱਗਦਾ ਚੋਇਸ ਵੀ ਲੋਕਾਂ ਨੂੰ ਕਰਨ ਦਾ ਮੌਕਾ ਨਹੀਂ ਮਿਲਣਾ, ਜਿਹੜੇ ਹਿਸਾਬ ਨਾਲ ਪਹਾੜੀ ਗਿਰੂ। ਜਿੱਥੇ ਜੰਮੇ ਪਲੇ ਆ ਉੱਥੇ ਕਹਿੰਦੇ ਜੇ ਗੱਲ ਨਹੀਂ ਬਣਦੀ ਮੋਢੇ ਤੇ ਡਾਂਗਾ ਰੱਖੋ, ਹਾਈਵੇ ਤੇ ਜਾ ਵੜੋ। 690 ਹਿਊਸਟਨ ਦੇ ਨੇੜੇ ਰੋਕ ਲਿਆ, ਉਹਨਾਂ ਨੇ ਬੰਦੇ ਫੜ ਲਏ, ਚਾਰਜ ਕਰ ਲਏ, ਮਜ਼ਾਰਾ ਸਾਡੇ ਕੋਲ ਆਖਰੀ ਹੁੰਦਾ ਵੀ ਮਜ਼ਾਰਾ ਕਰ ਲਓ। ਉਦੋਂ ਪਹਿਲਾਂ ਕੀ ਇੰਡਸਟਰੀ, ਮੰਨ ਲਓ ਮੈਂ ਤੁਹਾਡੇ ਵੱਲ ਵੇਖਦਾ, ਵੱਡਿਆਂ ਨੂੰ ਵੇਖ ਕੇ ਛੋਟੇ ਸਮਝ ਜਾਂਦੇ ਆ, ਸਭ ਤੋਂ ਵੱਡੀ ਹੱਬ ਆ ਮਿਸਿਸਾਗਾ ਅਤੇ ਬ੍ਰੈਂਪਟਨ ਦੇ ਵਿੱਚ, 200 ਯੂਨਿਟ, 300 ਯੂਨਿਟ। ਕੀ ਤੁਸੀਂ ਇਕੱਠੇ ਬੈਠ ਕੇ ਕੁਛ ਇਹਦਾ ਸਲਿਊਸ਼ਨ ਕੁਛ ਕਰ ਸਕਦੇ ਹਾਂ, ਬਈ ਲੈ ਵੀ ਮਿੱਤਰਾ ਤੂੰ 20 ਘਟਾ ਦੇ, ਮੈਂ 20 ਘਟਾਉਣਾ, 20 ਤੂੰ ਘਟਾ, ਅਤੇ ਲੈਟਸ ਰੋਲ ਦਾ ਬਾਲ, ਕੀ ਹੋ ਸਕਦਾ? ਐਫਰਟਸ ਤਾਂ ਕਈ ਲੋਕ ਕਰ ਰਹੇ ਨੇ, ਅਜੇ ਉਹਨਾਂ ਦੇ ਕੋਈ ਰੈਕਗਨਾਈਜ਼ਡ ਐਫਰਟ ਸਾਹਮਣੇ ਨਹੀਂ ਆ ਰਿਹਾ, ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਹਿ ਰਿਹਾ ਵੀ ਕੰਸੋਲੀਡੇਸ਼ਨ ਦੀ ਅਸੀਂ ਵੀ ਰੀਚ ਆਊਟ ਕਰ ਰਹੇ ਹਾਂ, ਵੀ ਇਕੱਲਿਆਂ ਇਕੱਲਿਆਂ ਨੇ ਤਾਂ ਉਹਨਾਂ ਦੀਆਂ ਜੇਬਾਂ ਭਰਨ ਵਾਲਾ ਕੰਮ ਹੈ ਬ੍ਰੋਕਰਸ ਦਾ। ਸੰਧੂ ਸਾਹਿਬ, ਰਾਜਨੀਤਿਕ ਬੰਦੇ ਦਾ ਕੈਰੀਅਰ ਉਹ ਆ, ਉਹਨੇ ਰਾਜਨੀਤੀ ਕਰਨੀ ਹੈ, ਉਹਨੇ ਪੋਡੀਅਮ ਤੇ ਆ ਕੇ ਕਹਿਣਾ ਲਓ ਜੀ 40,000 ਲੈ ਲਓ, ਇਹ ਚੋਂ 10,000 ਨਾ ਮੋੜਿਓ, ਡਰਾਈਵਰ ਦਾ 75% ਸਾਤੋਂ ਦੇ ਦਿਓ। ਜਿੱਦਣ ਖਰਬੂਜੇ ਤੇ ਆਪਣੇ ਡਿੱਗਣਾ ਚਾਕੂ, ਜਾਂ ਘੁੰਮ ਕੇ ਖਰਬੂਜੇ ਨੇ ਚਾਕੂ ਤੇ ਡਿੱਗਣਾ, ਵੱਡਿਆ ਖਰਬੂਜਾ ਜਾਣਾ। ਟਰੱਕਿੰਗ ਇੰਡਸਟਰੀ ਇੱਕ ਅਜਿਹੀ ਹੈ ਜਿਹਦਾ ਕੋਈ ਇਹ 40-40 ਹਜ਼ਾਰ ਕੋਈ ਹੱਲ ਨਹੀਂ ਹੈ, ਕੋਈ 75% ਸੈਲਫ ਇੰਪਲਾਇਡ 'ਚ ਕੁਆਲੀਫਾਈ ਨਹੀਂ ਹੋਣਾ। ਸਟਿਮੂਲਸ ਪੈਕੇਜ ਜੇ ਸਰਕਾਰ ਕਰੇ, ਜਦ ਹੁਣ ਜਹਾਜ਼ ਬਿਲੀਅਨਸ ਆਫ ਡਾਲਰ 'ਚ ਬੇਲ ਆਊਟ ਹੋਣੇ ਨੇ, ਟਰੱਕਿੰਗ ਇੰਡਸਟਰੀ ਨੂੰ ਕੀ ਚਾਹੀਦਾ ਇਹ ਦੱਸੋ। ਇੱਕ ਤਾਂ ਜਿਹੜੇ ਫਾਰਮਰ ਨੇ ਆਪਣੇ ਜਾਂ ਜਿਹੜੇ ਆਪਣੇ ਜਹਾਜ਼ਾਂ ਵਾਲੇ ਨੇ, ਇਹ ਲੌਬੀ ਬਹੁਤ ਸਟਰੋਂਗ ਹੈ, ਇਹਦੇ 'ਚ ਪਲੇਅਰ ਥੋੜੇ ਨੇ। ਯੈਸ, ਟਰੱਕਿੰਗ ਦੀ ਪ੍ਰੋਬਲਮ ਹੈ, ਇਹਦੇ 'ਚ ਟੂ ਮੈਨੀ ਪਲੇਅਰਸ ਆ ਆਪਾਂ, ਹੈ ਨਾ, ਅਤੇ ਇਹਨਾਂ ਨੂੰ ਇੰਨਿਆਂ ਨੂੰ ਇਕੱਠੇ ਜੋੜਨਾ, ਕੋਈ ਵੀ ਇੱਕ ਗੱਲ 'ਤੇ ਲਿਆਉਣਾ ਬਹੁਤ ਜ਼ਿਆਦਾ ਔਖਾ। ਦੁੱਖ ਇਹੀ ਹੈ, 5 ਟਰੱਕ ਪਾਉਣ ਤੋਂ ਬਾਅਦ ਅਗਲਾ ਕਹਿੰਦਾ ਵੀ ਹੁਣ ਬਿਜ਼ਨਸ ਪਲਾਨ ਕੀ ਕਰੀਏ। ਉਹ ਕਹਿੰਦਾ ਫਿਰ ਕੋਈ ਗੱਲ ਨਹੀਂ, ਆਪਾਂ ਲੋਡ ਸਲਿਊਸ਼ਨ ਵਾਲਿਆਂ ਨੂੰ ਫੋਨ ਕਰਦੇ ਹਾਂ, ਉਹਨਾਂ ਦੇ 100 ਆਉਂਦੇ ਨੇ ਲੋਡ, ਵੀ ਸੰਧੂ ਸਾਹਿਬ 5 ਸਾਨੂੰ ਦੇ ਦਿਓ, ਹੁਣ ਤੁਸੀਂ ਲੈ, ਤੁਸੀਂ ਅੱਗੇ ਦਿੱਤੇ, ਤੁਹਾਡੇ ਸਿਰ 'ਤੇ ਬਾਉਂਡ ਹੈ। ਇੰਡਸਟਰੀ ਇਸ ਤਰ੍ਹਾਂ ਚੱਲਦੀ ਹੈ ਕਿਉਂਕਿ ਅਸੀਂ ਟ੍ਰੇਨਡ ਨਹੀਂ ਹੈ ਇਸ ਸਿਸਟਮ ਦੇ ਵਿੱਚ। ਆ ਗਏ ਅਸੀਂ 1.5 ਲੱਖ ਦਾ ਯੂਨਿਟ, $250,000 ਦਾ ਯੂਨਿਟ ਸੜਕ 'ਤੇ ਠਿੱਲਣਾ, ਉਹਦੀ ਸਾਡੇ ਕੋਲ ਪਲੈਨਿੰਗ ਹੈ ਨਹੀਂ, ਕਿਉਂਕਿ ਅਸੀਂ ਜਿੱਥੋਂ ਆਏ ਹਾਂ ਅਸੀਂ ਇਸ ਤਰ੍ਹਾਂ ਹੀ ਆਏ ਹਾਂ, ਬਈ ਲੈ ਲਓ ਨਾਲ ਲੱਗਦੀ, ਲੈ ਲਓ ਫੋਰਡ, ਕੋਈ ਨਾਲ ਵਾਹ ਦਿਆਂਗੇ, ਕਿਰਾਏ 'ਤੇ ਲਾ ਦਿਆਂਗੇ, ਇਹ ਸਾਡਾ ਕਸੂਰ ਨਹੀਂ, ਸਾਡੇ ਅਪਬ੍ਰਿੰਗਿੰਗ ਇਹੋ ਜਿਹੀ ਹੈ। ਪਰ ਇਹ ਜਿਹੜੀ ਮੈਂ ਹਰ ਰੋਜ਼ ਇਸ ਸ਼ੋਅ ਦੇ ਵਿੱਚ ਗੱਲ ਇਹ ਸੰਧੂ ਸਾਹਿਬ ਇਹ ਕਰ ਰਿਹਾ, ਮੈਨੂੰ ਕੋਵਿਡ-19 ਦਾ ਤਾਂ ਮੈਨੂੰ ਲੱਗ ਰਿਹਾ, ਅਸੈਂਸ਼ੀਅਲ ਸਰਵਿਸਿਜ਼ ਤੁਸੀਂ ਦੇ ਰਹੇ ਹੋ, ਸਲਿਊਟ ਟੂ ਯੂ ਗਾਈਜ਼। ਪਰ ਕੋਵਿਡ-19 ਤੋਂ ਪਹਿਲਾਂ ਮੈਂ ਆਪਣੇ ਰੇਡੀਓ ਸ਼ੋਅ 'ਚ ਪਿਛਲੇ 6 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਦੀ ਗੱਲ ਕਰ ਰਿਹਾ, 2018 ਅਤੇ 2019 'ਚ ਪਹਿਲਾਂ ਹੀ ਹਿੱਲਿਆ ਪਿਆ ਸੀ ਕੰਮ, ਹੁਣ ਇਹਨੂੰ ਅਖੀਰ ਦੇ 'ਚ ਇਹ ਦੱਸਿਓ ਵੀ ਕਿੱਥੋਂ ਸ਼ੁਰੂ ਕਰਕੇ ਕਿੱਥੇ ਖਤਮ ਕਰੀਏ, ਆਖਰੀ ਦੇ ਇਹ ਦੱਸੋ। ਇਹ ਕਹਿੰਦੇ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਬਾਜ਼ਾਰ, ਜਿਹੜੀ ਜਿਹੜੀ ਸਿੰਪਲ ਜੀ ਇਹਦੇ ਬਾਰੇ ਗੱਲ ਹੈ ਵੀ ਜਿੱਥੇ ਆਪਾਂ ਲੋਕ ਜਿਹੜੀ ਸਪੇਸ 'ਚ ਆਪਾਂ ਬੈਠੇ ਹਾਂ, ਇੱਕ ਹੈਗਾ ਕੰਟਰੈਕਚੁਅਲ ਬਿਜ਼ਨਸ, ਜਿਹੜਾ ਵੀ 1,000 ਲੋਡ ਮੂਵ ਕਰਨਾ ਜੀ, 150 ਲੋਡ ਮੂਵ ਕਰਨਾ, ਵਾਲਮਾਰਟ ਦਾ ਕਰਨਾ, ਇਹਦਾ ਕਰਨਾ। ਉਦੋਂ ਉੱਤੇ ਹੈਗਾ ਸਪੋਟ ਬਿਜ਼ਨਸ, ਜਿਹੜੇ ਇਹ ਕੰਟਰੈਕਚੁਅਲ ਬਿਜ਼ਨਸ ਨੇ ਇਹਨਾਂ 'ਚ ਵੀ ਬਿਡਿੰਗ ਇੰਨੀ ਜ਼ਿਆਦਾ ਅਗਰੈਸਿਵ ਆ ਕਿ ਕੋਈ ਮਾਰਜਨ, ਤੇ ਜਿਹੜੀਆਂ ਕੰਟਰੈਕਚੁਅਲ ਕੰਮ ਵੀ ਕਰ ਰਹੀਆਂ ਇਹ ਵੀ ਕੰਪਨੀਆਂ ਕੁਛ ਨਹੀਂ ਕਮਾ ਰਹੀਆਂ, ਇਹ ਵੀ ਟੂ ਦਾ ਬੋਟਮ ਸੀਗਾ, ਹੈ ਨਾ। ਤੇ ਜਿਹੜਾ ਉਦੋਂ ਬਾਅਦ ਸਪੋਟ ਆ ਜਾਂਦਾ ਜਦੋਂ ਉਸੇ ਵਾਲਮਾਰਟ ਦੀ ਤੇਜ਼ੀ ਆ ਗਈ, ਕ੍ਰਿਸਮਸ ਸੀਜ਼ਨ ਆ ਗਿਆ ਜਾਂ ਈਸਟਰ ਆ ਗਿਆ, ਉਹ ਸਾਰੇ ਸਪੋਟ ਦੇ ਵਿੱਚ, ਤੇ ਉਹ ਸਪੋਟ 'ਚ ਬਹੁਤ ਹੀ ਆਪਣੀ ਟਰੱਕਿੰਗ ਵਾਲੀ ਦੁਨੀਆ ਉਸ ਫੀਲਡ ਦੇ ਵਿੱਚ। ਹੁਣ ਜਦੋਂ ਉਹ ਸਪੋਟ ਵਾਲਾ ਸੁੱਕ ਜਾਂਦਾ, ਝੋਨੇ ਨੂੰ ਪਾਣੀ ਨਹੀਂ ਪਹੁੰਚਿਆ, ਤਰੇੜਾਂ ਪੈ ਜਾਂਦੀਆਂ, ਹੈ ਨਾ, ਤੇ ਆ ਉਹ ਕੰਮ ਆ ਵੀ ਕਰੀ 2500 ਦਾ 2400 ਦਾ ਲੋਡ ਹੈ ਨਾ। ਸੋ ਬੇਸਿਕਲੀ ਇਹਦਾ ਕੋਈ ਹੱਲ ਨਹੀਂ ਹੈ, ਬਟ ਇਟ ਜਸਟ ਓਵਰ ਸਪਲਾਈਡ ਜੀ, ਬੜੀ ਦੁੱਖ ਦੀ ਗੱਲ ਹੈ, ਜਿਹਦੇ ਸਿਰ ਤੇ ਪੈਂਦੀ ਉਹੀ ਕਹਿਣ ਦਾ, ਝੂਠ ਕੋਈ ਨਹੀਂ ਬੋਲਦਾ, ਸਾਰੀਆਂ
चाहे कंपनी 500 तक कहती है, चाहे 100 दी, चाहे 50 है, सारे रगड़े जा रहे हैं जी। बिल्कुल बिल्कुल ठीक है संधु साहब, धन्यवाद। अखीर दे विच गल इह है, जे आप नहीं खड़ाओगे वक्त ने खड़ा देने ने, जां सड़क दे उत्तर खड़ जाने ने, उह समां आ जाणा जद जिवें हवा लै लैंदे सी आयशर, जद उह हाल होणा तां उदों पहलां सत्कार नाल माण नाल सैट करके लओ वी आ 2000 यूनिट आ मिस सागा च, इहदा अनुपात कर लो, तूं 15 घटा ला, तूं 10 घटा ला, ते इत्थों चलो। बहुत वधिया लग्या गल करके, छेती फिर तुहानूं मैं पैनल ते लिया के गल करांगा संधु साहब। शुभ शामां ते चढ़दी कला। थैंक यू सो मच जी, चढ़दी कला जी। थैंक यू सर। रणदीप सिंह संधु गलबात कर रहे सी लोड सोल्यूशन तो। लाइन खिंचनी पैनी आ मित्रों, इउं नहीं तुसीं सरवाइव कर सकते। मैं सहे दी नहीं गल, मैं पहे दी करदा। तुसीं भाईचारे दा बहुत वड्डा अंग हो, तुहाडे आले दुआले आर्थिकता घूमदी है। आ सरी शहर जिहड़े प्लाजे ते बैंकट हाल ते इह डीलरां शीलरां दीआं गड्डियां गुड्डियां जिहियां ने, ट्रकां दे सिर ते ही ने। जे तुसीं हिलदे हो, आ मीडिया सब कुछ जिहड़ा असीं तारां मारदे हां, सब कुछ हिलदा। आर्थिकता नूं कायम रखण दे लई इह सारे स्टोर सब कुछ, जां थब्बा नोटां दा गिरदा आ के सरदार नहीं पा के परस जांदी आ स्टोरां नूं, फिर खरीद के लिआउंदी। इहनूं सांभणा पैणा, इह जरूरी आ। व्यापारक संदेश इक लै लईए, मुड़ के आउणा हुणे। Of Think Insurance, Rakesh Sharma of Alliance Immigration Consulting.